आवाज आ रही है जी? रोहित जी, जी सत श्री अकाल जी। जी जी वो कितने एकता एकता काजला किधर है? हां जी आ रही है जी। ਤੁਸੀਂ ਹੁਣ ਸੌ ਕੇ ਉਠੇ ਹੋ ਸ਼ਾਇਦ? ਯਾ ਹਾਂ ਜੀ ਮੈਂ ਵੀ ਨਿਕਲਣਾ ਜੀ ਡਿਊਟੀ ਲਈ। ਅੱਛਾ 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 ਜੀ ਜੀ ਆ ਦੇਖੋ ਮੇਰੇ ਖਿਆਲ ਉਹ ਕੰਮ ਤੇ ਲੱਗੇ। ਸਤਿ ਸ਼੍ਰੀ ਅਕਾਲ, ਕੰਮ ਤੇ ਹੋ? ਕਿਤ ਕਿਹੜੀ ਜਗ੍ਹਾ? ਕੰਮ ਤੇ ਮੈਂ ਤਾਂ ਸੱਜੀ ਕੰਮ ਤੇ ਹਾਂ। ਵੇਅਰ ਆਰ ਯੂ ਵਰਕਿੰਗ? ਮੀ ਇਨ ਬਰਲਿੰਗਟਨ ਵਾਲਮਾਰਟ ਸਰ। ਵਾਲਮਾਰਟ? ਅੱਛਾ 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 ਵਾਲਮਾਰਟ ਵਾਲਮਾਰਟ ਜੀ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬੈਠ ਬੈਠ ਜਾਓ ਅਗਰ ਜੇ ਬੈਠਣਾ ਹੈ ਤੇ। ਬੈਠਣਾ ਐਕਚੁਅਲੀ ਮੈਂ ਜਗ੍ਹਾ ਹੀ ਲੱਭਦੀ ਪਈ ਸੀ ਕਿ ਮੈਨੂੰ ਕੋਈ ਜਗ੍ਹਾ ਨਹੀਂ ਲੱਭੀ। ਮੇਰਾ ਲੰਚ ਰੂਮ ਭਰਿਆ ਹੋਇਆ। ਅੱਛਾ ਲੰਚ ਰੂਮ ਭਰਿਆ ਹੋਇਆ? ਅੱਛਾ ਯਾ ਦੈਟਸ ਓਕੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਆ ਦੇਖੋ ਉਹਨਾਂ ਨੇ ਕੁਝ ਮੈਸੇਜ ਮੰਗਿਆ ਤੁਹਾਡੇ ਤੋਂ, ਕੁਝ ਚਿੱਠੀ ਆਈ ਹੈ ਰੋਹਿਤ ਦੀ। ਨਜ਼ਰ ਆ ਰਹੀ ਹੈ ਕੁਝ ਸਕਰੀਨ ਤੇ? ਸ਼ਾਇਦ ਮੁਸ਼ਕਿਲ ਸਰ ਜਸਟ ਨਾਮ ਹੈ ਹਜੇ ਸ਼ੋਅ ਹੋ ਰਿਹਾ ਪੂਰੀ ਸਕਰੀਨ ਨਹੀਂ। ਰੋਹਿਤ ਅਪ੍ਰੈਲ ਇਹਨਾਂ ਨੂੰ ਮੈਂ ਪ੍ਰੋਮਿਸ ਕੀਤਾ ਸੀ ਕਿ ਬਈ ਤੁਸੀਂ ਵਿਦ ਇਨ 24 ਆਵਰਸ ਤੁਹਾਨੂੰ ਦੱਸ ਦੇਣਾ। ਉਹਨਾਂ ਨੇ ਪਾਸਪੋਰਟ ਮੰਗ ਲਿਆ ਤੁਹਾਡਾ ਰੋਹਿਤ। ਸ਼ਕਲ ਤੇ ਦਿਖਾਓ ਤੁਹਾਡਾ, ਜਿਹੜੇ ਪਤਾ ਹੀ ਨਹੀਂ ਲੱਗਦੀ ਤੁਹਾਡੇ ਜਿਹੜੇ ਮਾਸਕ ਪਾਇਆ ਤੁਸੀਂ। ਥੈਂਕ ਯੂ ਸੋ ਮਚ ਸਰ ਜੀ, ਥੈਂਕ ਯੂ ਸੋ ਮਚ। ਮੈਂ ਐਕਚੁਅਲੀ ਸ਼ਿਵਰ ਕਰਦੀ ਤਾਂ ਮੈਨੂੰ ਸਮਝ ਨਹੀਂ ਆਉਂਦਾ ਪਿਆ ਰਿਐਕਸ਼ਨ। ਜੀ 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 ਸ਼ਿਵਰ, ਥੈਂਕ ਯੂ ਸੋ ਮਚ ਸ਼ਿਵਰ। ਬਸ ਹੁਣ ਖਤਮ ਹੋ ਗਿਆ ਸ਼ਿਵਰਿੰਗ, ਕੰਮ ਖਤਮ ਹੋ ਗਿਆ। 1-2 ਸਾਲ ਤੁਹਾਨੂੰ ਹੋ ਗਏ ਵੇਟਿੰਗ ਕਰਦੇ ਹੋਏ? ਕਿੰਨੇ ਕਿੰਨੇ ਸਾਲ ਹੋ ਗਏ? 2 ਸਾਲ ਜਾਂ 1.5 ਸਾਲ? 2 ਸਾਲ ਹੋ ਗਏ ਸਰ ਜੀ, 2 ਸਾਲ ਤੋਂ। 2 ਸਾਲ ਵੇਟਿੰਗ ਦੇ ਹੋ ਗਏ ਤੇ ਬਸ ਇਹ ਪਾਸਪੋਰਟ ਰਿਕੁਐਸਟ ਆ ਗਈ ਹੈ। ਪਾਸਪੋਰਟ ਜਮ੍ਹਾਂ ਕਰਾਓ ਤੇ ਰੋਹਿਤ ਦੀ ਟਿਕਟ ਕਰਾਓ ਤੇ ਰੋਹਿਤ ਨੂੰ ਮੰਗਾਓ ਟੋਰਾਂਟੋ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਸਰ ਜੀ। ਸੀਰੀਅਸਲੀ ਮੇਰੇ ਕੋਲ ਵਰਡਸ ਨਹੀਂ ਹੈ, ਥੈਂਕ ਯੂ ਸੋ ਮਚ। Okay, you are most welcome and congratulations to Rohit. Pata nahi aaj duty to unne jana hai, kam oda dil lagega hi lagega te baki haan ji pehla din hai sir unna da ASI di post te. Oh my god, wonderful te fir unna naukri continue karni hai kithe aana Canada? Nahi sir, continue te karanga ji. ji theek hai chalo. Hey, congratulations to you. And this is your second first application hai na? Pehla refuse to nahi hoya tha? Pehla refuse hoya si. Nahi, sade to refuse hoya? Nahi. Acha, pehla matlab kisi aur consultant one time refusal hoya? Haan ji, haan bilkul theek hai theek hai. Apa risk nahi lena chahnde si tahi tode kol aaye si sir. Nahi, eh te tode document bolde hain. Baki eh ਬਾਕੀ ਜਿਹੜੀ ਪਹਿਲੀ ਰਿਫਿਊਜ਼ਲ ਜਿਹੜਾ ਰੀਜ਼ਨ ਪਾਇਆ ਸੀ ਉਹਨਾਂ ਨੇ ਕਿਉਂ ਲਵਾਇਆ ਸੀ ਮੇਰੇ ਖਿਆਲ ਕਿਉਂਕਿ ਫੰਡਸ ਕਰਕੇ ਜਾਂ ਨੌਕਰੀ ਕਰਕੇ ਜਾਂ ਕੁਝ ਇਸ ਤਰ੍ਹਾਂ ਕਰਕੇ ਪਾਇਆ ਸੀ ਸ਼ਾਇਦ? ਹਾਂਜੀ ਸੇਮ ਸਰ, ਜਿਹੜੇ ਕਾਮਨ ਰੀਜ਼ਨ ਹੁੰਦੇ ਆ ਕਿ ਲਾਈਕ ਤੁਸੀਂ ਵਾਪਸ ਨਹੀਂ ਜਾਣਾ, ਫੰਡ ਤੇ ਟਰੈਵਲ ਹਿਸਟਰੀ ਸੇਮ ਰੀਜ਼ਨ ਜੀ ਜੀ ਯਾ ਸੋ ਲਾਇਆ ਤੇ ਆਪਾਂ ਵੀ ਉਹੀ ਆ, ਆਪਾਂ ਤਾਂ ਕੁਝ ਖਾਸ ਚੇਂਜ ਤੇ ਨਹੀਂ ਕੀਤਾ। ਹਾਂਜੀ ਹਾਂਜੀ, ਮੇ ਵੀ ਸਰ ਤੁਹਾਡੇ ਕੋਲੇ ਲੱਗਣਾ ਸੀ। ਨਾ 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 ਨਾ, ਇਹ ਤੇ ਸੰਜੋਗਾਂ ਦੀ ਖੇਡ ਹੈ ਸਾਰੀ, ਕੁਛ ਕੋਈ ਚੱਕਰ ਨਹੀਂ ਹੈ ਇਸ ਤਰ੍ਹਾਂ। ਬਾਕੀ ਸਾਰੀ ਮਿਹਨਤ ਐਕਚੁਅਲੀ ਸੁਖਮਨ ਦੀ ਹੈ, ਸੁਖਮਨ ਨੇ ਜਿਹੜਾ ਮਿਹਨਤ ਕੀਤੀ ਨਾ ਉਹਦੀ। ਸੁਖਮਨ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਰ ਜੀ। ਜੀ ਵਾਲਮਾਰਟ ਦੀ ਬਹੁਤ ਕੋਆਪਰੇਟ ਕੀਤਾ ਸਰ ਨੇ ਜੀ। ਵਾਲਮਾਰਟ ਦੀ ਆਵਾਜ਼ਾਂ ਆ ਰਹੀ ਹੈ, ਵਾਲਮਾਰਟ ਦੀ ਆਵਾਜ਼ਾਂ ਆ ਰਹੀ, ਕੁਝ ਲੱਗਿਆ ਕੋਈ 9999 599? ਇਹ ਮੈਂ ਸਪੋਰਟਸ ਸੈਕਸ਼ਨ ਵਾਲ, ਬੱਚਾ ਟੋਏ ਸੈਕਸ਼ਨ, ਪਤਾ ਨਹੀਂ ਕਿੱਥੇ ਆ ਗਈ। ਮੈਂ ਐਕਚੁਅਲੀ ਘੁੰਮਦੀ ਪਈ ਸੀ, ਤੁਸੀਂ ਜਿੱਦਾਂ ਹੀ ਮੈਨੂੰ ਦੱਸਿਆ ਨਾ ਮੈਂ ਬੈਠ ਗਈ, ਕਿਉਂਕਿ ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾਂਦਾ ਸੀ, ਮੈਂ ਬਿਲਕੁਲ ਸ਼ਿਵਰ ਕਰਨ ਲੱਗ ਗਈ। ਅੱਛਾ ਅੱਛਾ ਅੱਛਾ, ਮੈਂ ਇੱਥੇ ਆਇਲਸ ਦੇ ਵਿੱਚ ਬੈਠ ਗਈ। ਠੀਕ ਹੈ ਚਲੋ ਕੋਈ ਗੱਲ ਨਹੀਂ, ਇੱਕ ਤਾਂ ਕਰੋ ਇੰਜੋਏ ਰੈਸਟ ਆਫ ਦ ਡੇ ਤੇ ਬਾਕੀ ਤੁਹਾਨੂੰ ਫਿਰ ਉਹ ਲੈਟਰ ਮਿਲ ਜਾਏਗਾ ਕੱਲ ਜਾਂ ਬੜੇ ਬੜੇ ਯੂ ਨੋ ਮੇਬੀ ਹੋਪਫੁਲੀ ਉਹਦੇ ਦਿਨ ਸ਼ੁਰੂ ਹੋ ਰਿਹਾ ਉਧਰ ਤੇ ਆਪਣਾ
ਤੁਸੀਂ ਕੰਟੀਨਿਊ ਕਰੋ ਤੇ ਆਈ ਹੋਪ ਟੂ ਸੀ ਰੋਹਿਤ ਮੇ ਬੀ ਵਿਦ ਇਨ ਅ ਮੰਥ ਔਰ ਸੋ ਇਨ ਕੈਨੇਡਾ ਥੈਂਕ ਯੂ ਸੋ ਮਚ ਠੀਕ ਹੈ ਜੀ ਥੈਂਕ ਯੂ ਰੋਹਿਤ ਠੀਕ ਹੈ ਥੈਂਕ ਯੂ ਸਰ ਜੀ ਥੈਂਕ ਯੂ ਸੋ ਮਚ ਥੈਂਕ ਯੂ ਗੁੱਡ ਬਾਏ 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 ਸਰ ਬਾਏ